11 हाँ जी पाकिस्तान तो भी शाह जी तुम दे लाउन डे ਤੁਹਾਨੂੰ ਵੀ ਆ ਰਿਹਾ ਜਾਨ ਪਾਕਿਸਤਾਨ ਸ਼ਾਹ ਜੀ ਕਿਹੜਾ ਕਿਹੜਾ ਕੱਢ ਫੌਜੀ ਵੀ ਆ ਰਹੇ ਨੇ ਹੈ ਪਾਕਿਸਤਾਨ ਕੱਢ ਗਿਆ ਉਹ ਕਿਹੜਾ ਇੱਕ ਪਾਕਿਸਤਾਨ ਜਾਣਾ ਸੀ ਯਾਰ ਐਤਕੀ ਬਸ ਕਰੋਨੇ ਨੇ ਦੱਬ ਲਿਆ ਸਾਰਾ ਕੁਛ ਆ ਕੇ ਕਰਤਾਰਪੁਰ ਸਾਹਿਬ ਦਾ ਮੇਰੇ ਦੋਸਤ ਨਾਲ ਕਿਸੇ ਬੰਦੇ ਦਾ ਵੀ ਮੈਸੇਜ ਆਇਆ ਕਹਿੰਦਾ ਬਾਈ 1 ਵਜ ਗਿਆ ਬ੍ਰੈਂਟਨ ਵੀ ਹਾਂ ਟੀ ਡਾਟ ਟੀ ਡਾਟ ਰਾਹੁਲ ਚਹਿਲ ਰਾਹੁਲ ਚਾਹ ਸਾਰਾ ਟੀ ਡੋਟ ਵਾਲਾ ਲਵ ਯੂ ਬਾਈ ਲਵ ਯੂ ਬਾਈ 10:40 ਇੰਡੀਆ ਦਾ ਟਾਈਮ ਇੰਡੀਆ ਦਾ ਪਤਾ ਬਾਈ ਲੈ ਬਾਈ ਪਾਕਿਸਤਾਨ ਬਾਈ ਦਾ ਮੈਸੇਜ ਆਇਆ ਕਹਿੰਦਾ ਬਾਈ ਆ ਲਓ ਪਾਕਿਸਤਾਨ ਪਾਕਿਸਤਾਨ ਹੋ ਗਈ ਪਈ ਪਾਕਿਸਤਾਨ ਜਾ ਕੇ ਵਾਪਸ ਆਉਣਾ ਔਖਾ ਕੋਈ ਗੱਲ ਨੀ ਭਰਾ ਸਾਡੇ ਪਾਕਿਸਤਾਨ ਚ ਵੀ ਬਹੁਤ ਪਿਆਰ ਕਰਨ ਵਾਲਾ ਕੋਈ ਮਸਲਾ ਨੀ ਹੈਗਾ ਵਾਪਸ ਜਾਣ ਦੀ ਕਿਹਨੇ ਸੋਚੀ ਹੈ ਪਹਿਲਾਂ ਜਾਣ ਦੀ ਸੋਚੀ ਹੈ ਵਾਪਸ ਜਦੋਂ ਆਇਆ ਜਦੋਂ ਦੇਖੀ ਜਾ ਇਹ ਗੱਲਾਂ ਹੀ ਬਣਾਈਆਂ ਹੋਈਆਂ ਲੋਕਾਂ ਨੇ ਨਹੀਂ ਬਿਲਕੁਲ ਤੁਸੀਂ ਸ਼ਾਹ ਜੀ ਭਲਵਾਨੀ ਕਿਹੜੀ ਕਰ ਗਿਆ ਉਹ ਇੱਕ ਪਾਕਿਸਤਾਨ ਦਾ ਵਾਲਾ ਕਰ ਗਿਆ ਉਹ ਕੋਈ ਗੱਲ ਨਹੀਂ ਜਾਨ ਸੁੱਖ ਸੌਂਦ ਰੱਖੇ ਇਕੱਠੀ ਚੱਲਾਂਗੇ ਨਹੀਂ ਬਿਲਕੁਲ ਮਾਲਕ ਮੇਰੇ ਛੇਤੀ ਮਰਾਂਗੇ ਗੇੜੀ ਹਾਂ ਫੇਵਰੇਟ ਸਿਟੀ ਬਾਈ ਕੋਈ ਨਹੀਂ ਫੇਵਰੇਟ ਸਿਟੀ ਪਿੰਡ ਆ ਸਾਡਾ ਫੇਵਰੇਟ ਬਸ ਹੋਰ ਕੁਛ ਨਹੀਂ ਜੇ ਸਾਧਨ ਹੁਣ ਧੱਕੇ ਕਰ ਰਹੇ ਹਾਂ ਸ਼ਾਹ ਜੀ ਤੁਹਾਡੀ ਫੇਵਰਟ ਸਿਟੀ ਤੁਸੀਂ ਵੀ ਦੇ ਦਿਓ ਜਵਾਬ ਆਪਣੀ ਵੀ ਸ਼ਾਹ ਜੀ ਅੰਮ੍ਰਿਤਸਰ ਮਹਾਰਾਜ ਦੀ ਮਿਹਰ ਨਾਲ ਜੀ ਆ ਕੀ ਬਾਤ ਹੈ ਉੱਥੇ ਹੀ ਫਿਰੇ ਤੁਰੇ ਆ ਕੀ ਬਾਤ ਹੈ ਤੁਸੀਂ ਸੁਣਾਓ ਸ਼ਾਹ ਜੀ ਨਾ ਹਜ਼ਾਰਾਂ ਦੇ ਮੇਰੇ ਡੇਂਗ ਚੜਾਉਂਦੇ ਬਸ ਛੋਟੀਆਂ ਪਾਈਆਂ ਕਾਹਨੂੰ ਯਾਰ ਕੱਲ ਉਹ ਤਾਂ ਉੱਥੇ ਕਣਕ ਦੀ ਟਰਾਲੀ ਲਾ ਕੇ ਆਏ ਸੀਗੇ ਉਹਨਾਂ ਨੇ ਲੇਟ ਜੇ ਹੋਈ ਜਾਣੇ ਸੀ ਘਰ ਆਇਆ ਹੋਇਆ ਸੀ ਕੋਈ ਬਸ ਖਿੱਚੀ ਆਏ ਉਸ ਦਿਨੇ ਤਾਂ ਸਾਲੀ ਦੀਨੀ ਨੀ ਲਾਟ ਦਿਨੇ ਨੀ ਦੀਦੀ ਜਦੋਂ ਮੈਂ ਰਾਤ ਨੂੰ ਦੇਖਿਓ ਐਂ ਲੱਗੇ ਵੀ ਜਿਵੇਂ ਅੱਗ ਹੀ ਨਿਕਲੀ ਜਾਂਦੀ ਰਾਤ ਨੂੰ ਤਾਂ ਤੁਸੀਂ ਉਹਦੇ ਹੌਕੀ ਖਿਡਾਉਂਦੇ ਕਿ ਚੱਜ ਨਾਲ ਹਾਂ ਉਦਾਂ ਉਹੀ ਗੱਲ ਨਾ ਜਦੋਂ ਬੈਠੇ ਹੁੰਦੇ ਉੱਤੇ ਫਿਰ ਬੈਡ ਪੰਗੇ ਲਏ ਬਿਨਾਂ ਰਿਹਾ ਨਹੀਂ ਜਾਂਦਾ ਚੱਲ ਨਹੀਂ ਬਿਲਕੁਲ ਚੀਮਾ ਸਾਹਿਬ ਦਾ ਮੈਸੇਜ ਆਇਆ ਕਹਿੰਦਾ ਬਈ ਪਾਕਿਸਤਾਨ ਆ ਉਹ ਜਾਨ ਹਾਜ਼ਰ ਹੈ ਕਿਆ ਬਾਤ ਹੈ ਬਾਈ ਜ਼ਰੂਰ ਆ ਕੇ ਜਾਵਾਂਗੇ ਬਾਈ ਤੁਹਾਡੇ ਵਰਗਿਆਂ ਕਰਕੇ ਕਹਿ ਰਹੇ ਵੀ ਬਾਈ ਆਵਾਂਗੇ ਛੇਤੀ ਗੇੜਾ ਰੱਖੋ ਹੁਣ ਸ਼ਾਹ ਜੀ ਪਾਕਿਸਤਾਨ ਦਾ ਹਾਂ ਇਕੱਠੀ ਚੱਲਾਂਗੇ ਦੇਖੀ ਬਾਬਾ ਸੁੱਖ ਰੱਖੇ ਪੂਰੀ ਲਾਲਾ ਲਾਲਾ ਕੱਲ ਨੂੰ ਹੁਣ ਇੱਕ ਖਬਰ ਹੋਰ ਬਣੀ ਪਊਗੀ ਸਿੱਧੂ ਮੂਸੇ ਦੇ ਪ੍ਰੇਮ ਢਿੱਲੋਂ ਆ ਰਹੇ ਨੇ ਪਾਕਿਸਤਾਨ ਕੱਲ ਨੂੰ ਮੇਰੀ ਵੀ ਖਬਰ ਬਣੀ ਪਈ ਹੁਣ ਖਬਰ ਅਫਰੀਕਾ ਕਿਹੜਾ ਕਦੋਂ ਲਾ ਕੇ ਜਾਣਾ ਇਹ ਤੇ ਹੁਣ ਸ਼ਾਹ ਜੀ ਦੱਸਣਗੇ ਕਿਹੜਾ ਕਦੋਂ ਲਾਉਣਾ ਅਫਰੀਕਾ ਪ੍ਰੇਮ ਆਊਗਾ ਬਾਈ ਨਹੀਂ ਅਫਰੀਕਾ ਤਾਂ ਮਹਾਰਾਜ ਬਚਾਈ ਰੱਖਿਆ ਜੰਮੂ ਕਸ਼ਮੀਰ ਜੰਮੂ ਵੀ ਆਵਾਂਗੇ ਬਾਈ ਸਾਰੇ ਕਿਤੇ ਆ ਕੇ ਜਾਵਾਂਗੇ ਸ਼ਾਹ ਜੀ ਉਹਦਾ ਮੇਰੇ ਹਿਸਾਬ ਨਾਲ ਕੋਈ ਰਹਿ ਗਿਆ ਬਲਾਸਾ ਤੁਹਾਡੇ ਜਾਣ ਵਾਲੀ ਕਿ ਨਹੀਂ ਮੈਂ ਯਾਰ ਉੱਥੇ ਨਹੀਂ ਗਿਆ ਕਦੇ ਅਫਰੀਕਾ ਨਹੀਂ ਗਿਆ ਪਾਕਿਸਤਾਨ ਨਹੀਂ ਗਿਆ ਕਦੇ ਆਹੋ ਇਹ ਹੀ ਰਹਿ ਗਿਆ ਬਾਕੀ ਤੇ ਮੇਰੇ ਹਿਸਾਬ ਨਾਲ ਮੇਜਰ ਕੰਟਰੀਆਂ ਸਾਰੀਆਂ ਫਿਰ ਲੀਆਂ ਹੋਣੀਆਂ ਸਾਰੀਆਂ ਆਲਮੋਸਟ ਜਾਈ ਹੈ ਜਾਨ ਹਾਂਜੀ ਇੱਧਰ ਯੂਰਪ ਯੂਰਪ ਵੀ ਜਾਏ ਹਾਂਜੀ ਡਬੇ ਡੁਬੇ ਵੀ ਜਾਏ ਸਾਰੇ ਕਿਤੇ ਜਾਏ ਜਾਨ ਸਾਰੇ ਕਿਤੇ ਜਾਏ ਇਹੀ ਰਹਿ ਗਈਆਂ ਬਸ ਦੋ ਚਾਰ ਹੁਣ ਪਾਕਿਸਤਾਨ ਹੀ ਰਹਿ ਗਿਆ ਮੇਨ ਤਾਂ ਨੱਪੋ ਨੱਪੋ ਕੰਮ ਹੈ ਜੀ ਡੈਡ ਮੋਨ ਦਾ ਪੁੱਛਣ ਦੇ ਸ਼ਾਹ ਜੀ ਕਿੱਦਾਂ ਸਾਰੇ ਠੀਕ ਆ ਜੀ ਹਾਂ ਹਾਂ ਜਾਨ ਇੱਥੇ ਇੱਕ ਹੋਰ ਮੈਸੇਜ ਆਇਆ ਪ੍ਰੇਮ ਬਾਈ ਮੁੱਛਾਂ ਰੱਖ ਲਾ ਮੈਂ ਮੁੱਛਾਂ ਸ਼ਾਹ ਜੀ ਸਾਂਭਣੀਆਂ ਬੜੀਆਂ ਔਖੀਆਂ ਲਓ ਬਾਈ ਮੁੱਛਾਂ ਲਈ ਤੇ ਇੱਕ ਬੰਦਾ ਪੱਕਾ ਹੀ ਚਾਹੀਦਾ ਉਹਨਾਂ ਦੇ ਰੱਖ ਲਾਂਗੇ ਆਪਾਂ ਕੋਈ ਮਸਲਾ ਨੀ ਜੱਟ ਹੁੰਦੇ ਆ ਬਈ ਜੱਟ ਹੁੰਦੇ ਆ ਕਦੋਂ ਆਉਣਾ ਗਾਣਾ ਦੱਸੋ
ਲੋ ਓਲਡ ਸਕੂਲ ਸ਼ਾਹ ਜੀ ਫਿਰ ਕਦੋਂ ਕਰੀਏ ਗਾਣਾ ਜੱਟ ਹੁੰਦੇ ਆ ਗਾਣਾ ਗਾਣਾ ਬਸ ਅੱਜ ਨੱਪ ਦਿੰਦੇ ਆ ਓਲਡ ਸਕੂਲ ਹੋ ਜਾ ਆਪਣਾ 100 ਮਿਆਂ ਨਾਲ ਮਗਰੇ ਕਰ ਦਿੰਦੇ ਕੋਈ ਨਾ ਕੋਈ ਚਲੋ ਜੀ ਬਈ ਪ੍ਰੇਮੇ ਜੋ ਕਹਿ ਤੁਹਾਡਾ ਨਾ ਓਲਡ ਸਕੂਲ 100 ਮਿਲੀਅਨ ਟੱਪ ਚਾ ਬਣ ਜਾਂਦਾ ਛੱਡ ਦੇਾਂਗੇ ਮਗਰੇ ਠੀਕ ਹੈ ਜੀ ਡਨ ਅਗਲਾ ਗਾਣਾ ਵੀ ਬਈ ਸਰਪ੍ਰਾਈਜ਼ ਹੈਗਾ ਹੁਣ ਛੇਤੀ ਬਸ ਝਟਕਾ ਹੀ ਦੇਵਾਂਗੇ ਵੀ ਆ ਗਏ ਬਿਲਕੁਲ ਗਾਣੇ ਦਾ ਘੰਟਾ ਯੂਟਿਊਬ ਸੈਨਵੀ ਬਹੁਤ ਵਧੀਆ ਮਿਊਜ਼ਿਕ ਕਰਦਾ ਬਾਈ ਬਹੁਤ ਘੈਂਟ ਆ ਮੁੰਡਾ ਉਹ ਵੀ ਤੇ ਹਜੇ ਉਹਦੇ ਮੈਨੂੰ ਲੱਗਦਾ ਇੱਕ ਦੋ ਗਾਣੀ ਆਇਆ ਨਾ ਪ੍ਰੇਮ ਇੱਕੋ ਹੀ ਗਾਣਾ ਆਇਆ ਤੇਰੇ ਨਾਲ ਹਾਂਜੀ ਹਾਂਜੀ ਆਪਣੇ ਨਾਲ ਇੱਕ ਆਇਆ ਉਦਾਂ ਬਾਹਰ ਆਏ ਮੇਰੇ ਹਿਸਾਬ ਨਾਲ ਦੋ ਗਾਣੇ ਵੀਰ ਦੇ ਅਗਲਾ ਗਾਣਾ ਬਈ ਵਧੀਆ ਬਾਈ ਬੜੀ ਵਧੀਆ ਜੱਟ ਹੁੰਦੇ ਆ ਸੈਨਵੀ ਬਾਈ ਦਾ ਹੀ ਆ ਉਹ ਵੀ ਕਰਦੇ ਹੁਣ ਚਲੋ ਬਾਈ ਬੈਸਟ ਵਿਸ਼ਸ ਸੈਨਵੀ ਲਈ ਵੀ ਹਾਂਜੀ ਨਵੇਂ ਪ੍ਰੋਡਿਊਸਰ ਸ਼ਾਹ ਜੀ ਬਾਬਾ ਕੰਟੈਕਟ ਕਰਦੇ ਕਿ ਨਹੀਂ ਹੋਰ ਗੱਲ ਨੀ ਗੱਲਾਂ ਸੈਨਵੀ ਦਾ ਮਿਊਜ਼ਿਕ ਵਧੀਆ ਹੈਗਾ ਸਾਰੇ ਜਿੰਨਾ ਜਿਵੇਂ ਮੁੰਡੇ ਆਏ ਜਿਵੇਂ ਆਪਣਾ ਕਿੱਡ ਹੋ ਗਿਆ ਸਾਰੀ ਵਧੀਆ ਬਿਲਕੁਲ ਜਿਹੜੇ ਵਧੀਆ ਹਨਾ ਸਿੱਖੇ ਪ੍ਰੋਫੈਸ਼ਨਲਿਜ਼ਮ ਆ ਜਿੰਨਾ ਉਹ ਬੰਦੇ ਬਹੁਤ ਵਧੀਆ ਗਾਣਾ ਲੈਂਦੇ ਮੈਂ ਨਾ ਹੁਣੀ ਜਦੋਂ ਆਪਣਾ ਲਾਈਵ ਹੋ ਰਿਹਾ ਸੀ ਵੀਰੇ ਮੈਂ ਇਹੀ ਗੱਲ ਹੀ ਕਹਿ ਰਿਹਾ ਸੀਗਾ ਮੈਂ ਵੀ ਅੱਜ ਤੋਂ ਸਾਲ ਦੋ ਸਾਲ ਪਹਿਲਾਂ ਵੀ ਆਪਾਂ ਇੱਕ ਗੱਲ ਕਹੀ ਸੀਗੀ ਵੀ ਅੱਜ ਤੋਂ 5-6 ਸਾਲਾਂ ਬਾਅਦ ਵੀ ਸਿਰਫ ਉਹੀ ਬੰਦੇ ਹੋਣਗੇ ਜਿਹੜੇ ਸੱਚੋਂ ਰੀਅਲੀ ਟੈਲੈਂਟਡ ਹੋਣਗੇ ਕੋਈ ਉਹ ਨੀ ਹੋਊਗਾ ਫੀਲਰ ਨੀ ਹੋਊਗਾ ਕੋਈ ਵੀ ਹਨਾ ਜਿਵੇਂ ਹੁਣ ਆਪਾਂ ਦੇਖ ਲਈਏ ਵੀ ਆਪਾਂ ਇਕੱਲੇ ਥੋੜੀਆਂ ਆ ਜੇ ਆਪਾਂ ਕਹੀਏ ਜਾਂ ਵੀ ਮੈਂ ਇਕੱਲਾ ਆ ਗਿਆ ਜਾਂ ਕੁਛ ਵੀ ਹਨਾ ਚੱਲ ਮਿਊਜ਼ਿਕ ਕਰੀਏ ਐਜ਼ ਅ ਸਿੰਗਰ ਆਪਾਂ ਇਕੱਲੇ ਆ ਗਏ ਪਰ ਆਪਾਂ ਆਪਣੇ ਨਾਲ ਹੋਰ ਬੜੇ ਨਵੇਂ ਬੰਦੇ ਲਿਆਂਦੇ ਜਿਵੇਂ ਕਿੱਡ ਹੋ ਗਿਆ ਨਹੀਂ ਇਹ ਗੱਲ ਬਿਲਕੁਲ ਹੋ ਗਿਆ ਨਵੇਂ ਬੰਦਿਆਂ ਨੂੰ ਜਦੋਂ ਦੇ ਤੁਸੀਂ ਆਏ ਬਹੁਤ ਮੌਕਾ ਮਿਲਿਆ ਹੁੰਦਾ ਉਹ ਸਿਸਟਮ ਵੀ ਇਹ ਹੈ ਨਾ ਵੀ ਜਿਵੇਂ ਹੁਣ ਆਪਣਾ ਵੀਡੀਓ ਵਾਲੇ ਖੇਤਰ ਚ ਹੀ ਲਾ ਲਿਆ ਕਿੰਨੇ ਮੁੰਡੇ ਨਵੇਂ ਆਏ ਹੁਣ ਹੁਣੀ ਆ ਗਏ ਹਨਾ ਆਪਣੇ ਕੁਲਕਿਤ ਹੁਣੀ ਆ ਗਏ ਆਪਣਾ ਜਦੋਂ ਮੈਂ ਲਿਖਦਾ ਲੁਕਦਾ ਜਾ ਹੁੰਦਾ ਸੀ ਉਦੋਂ ਆਪਾਂ ਦੇਖਿਆ ਵੀ ਆਪਣੀ ਫੀਲਿੰਗ ਹੀ ਹੋਰ ਹੁੰਦੀ ਸੀ ਜਨਤਾ ਦੀ ਗਾਣੇ ਬਣਾਉਣ ਵਾਲਿਆਂ ਦੀ ਕੀ ਗਾਣੇ ਗਾਉਣ ਵਾਲਿਆਂ ਦੀ ਕੀ ਗਾਣੇ ਲਿਖਣ ਵਾਲਿਆਂ ਦੀ ਪਰ ਜਿਉਂ ਜਿਉਂ ਵੀ ਸਭ ਤੋਂ ਵਧੀਆ ਲੋਕਾਂ ਦੀ ਫੀਲਿੰਗ ਮੁੱਕੀ ਜਾਂਦੀ ਹੈ ਮੁੱਕੀ ਜਾਂਦੀ ਵਾਕੇ ਤੁਸੀਂ ਆਪਦਾ ਦੇਖ ਲੋ ਕਰੀਅਰ ਹਨਾ ਪ੍ਰੇਮ ਵੀ ਤੂੰ ਆਪਦੇ ਵਧੀਆ ਗਾਣੇ ਲਿਖੇ ਬਰੋ ਸਾਰਾ ਕੁਛ ਵਧੀਆ ਹਨਾ ਕਿੰਨਾ ਗੁੱਡ ਗਿਆ ਹਾਂਜੀ 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 ਤੇ ਆਹੀ ਚੀਜ਼ ਆਪਾਂ ਤਾਂ ਕਹਿੰਦੇ ਵੀ ਜੇ ਕੁਛ ਨਾ ਕੁਛ ਹੈਗਾ ਉਹ ਕਹਿਣ ਨੂੰ ਤਾਂ ਇੱਥੇ 100 ਲੀਲੀਆਂ ਫੀਲੀਆਂ ਗੱਲਾਂ ਮਾਰਦੀਆਂ ਰਹਿਣੀਆਂ ਨੇ ਵੀ ਆਹ ਕਰਤਾ ਜੀ ਉਹ ਕਰਤਾ ਫਲਾਨਾ ਝੁਮਕਾ ਇਹ ਪਰ ਵਾਹਿਗੁਰੂ ਦੀ ਕਿਰਪਾ ਬਿਨਾਂ ਕੁਛ ਨੀ ਹੁੰਦਾ ਵੀ ਪਰ ਬੰਦੇ ਮਿਹਨਤ ਕਰਦੇ ਤਾਂ ਹੋ ਰਿਹਾ ਤਾਂ ਤਾਂ ਬਿਲਕੁਲ ਅੱਗੇ ਵੀ ਤੇ ਵਾਕਿਆ ਉਹ ਗੱਲ ਦੀ ਜਗਾੜ ਲਾਉਣੀ ਹੁੰਦੀ ਕਿ ਜਨਤਾ ਸੋਚਦੀ ਹੁੰਦੀ ਕਿ ਪੈਸਾ ਪੁਣਾ ਦਾ ਸੋਰਸਸ ਲੱਭਦੇ ਰਹਿੰਦੇ ਦੇਖੋ ਹੁਣ ਪਰ ਸੋਰਸਸ ਨਾਲੋਂ ਬੰਦੇ ਸੋਚਦੇ ਵੀ ਆਪਣਾ ਮਿਹਨਤ ਕਰ ਲਓ ਉਹੀ ਵਧੀਆ ਸਹੀ ਗੱਲ ਹੈ ਬ੍ਰੋ ਨਹੀਂ ਨਵੇਂ ਮੁੰਡੇ ਨੇ ਯਾਰ ਨਹੀਂ ਸਾਰੇ ਵਧੀਆ ਬਹੁਤ ਵਧੀਆ ਕੰਮ ਕਰ ਰਹੇ ਨੇ ਸਾਰੇ ਜਿੰਨੇ ਵੀ ਮੈਂ ਕਹਿੰਦਾ ਮੈਂ ਤਾਂ ਆਪ ਨਵਾਂ ਹਾਂ ਉਹੀ ਅੱਜ ਮੈਂ ਲਾਈਵ ਚ ਕਾਫੀ ਟਾਈਮ ਗੱਲਾਂ ਕਰਦਾ ਰਿਹਾ ਸਾਰਿਆਂ ਨਾਲ ਮੈਂ ਵੀ ਟਾਈਮ ਆਉਣਾ ਜਾਣਾ
ਵਾਹਿਗੁਰੂ ਦੇ ਹੱਥ ਹੈ ਨਾ ਸਾਰਾ ਕੁਝ, ਹਰੇਕ ਬੰਦੇ ਦਾ ਹੀ ਟਾਈਮ ਆਇਆ, ਹਰੇਕ ਬੰਦੇ ਦਾ ਹੀ ਪਰ ਵੀ ਤਾਮਾ ਜਾਮਾ ਸਾਰਾ ਬਦਲ ਕੇ ਰੱਖਣਾ ਉਹ ਅਲੱਗ ਗੱਲ ਹੈ ਨਾ। ਭਰਾਵਾ ਵੀ ਆਪਾਂ ਉਹ ਜੇ ਬੰਦੇ ਵੀ ਹੈਗੇ ਫੀਲਰ ਟਾਈਪ ਜਿਹੋ ਜਿਹੇ ਲੋਕ ਤੁਸੀਂ ਦੇਖ ਰਹੇ ਹੋ ਬਾਹਰ, ਆਪਾਂ ਵੀ ਸਿੱਧਮ ਸਾਧੇ ਲੋਕ, ਆਪਾਂ ਨੂੰ ਚੇਲੇ ਮੰਨਣ ਦੀ ਆਦਤ ਨੀ ਹੈਗੀ ਲੋਕਾਂ ਨੂੰ। ਨਹੀਂ ਵਧੀਆ ਵਧੀਆ ਥੋੜੀ ਹੁੰਦੇ ਜਾਨ, ਪਤਾ ਕੀ ਗੱਲ ਆ ਜਾਨ, ਇੱਕ ਨਾ ਤਾਮਾ ਜਾਮਾ ਲੋਕਾਂ ਨੂੰ ਕਿਹੜ ਕੋਈ ਹੋਰ ਹੁੰਦੀ ਆ, ਕੱਢੀ ਕੁਛ ਹੋਰ ਜਾਂਦਾ ਅੱਜ ਕੱਲ ਵੀ, ਜਿਵੇਂ ਹੁਣ ਆਪਾਂ ਕਹਿੰਦੇ ਵੀ ਤੁਸੀਂ ਆ ਗਏ ਹਨਾ ਜਾਨ, ਮੇਰਾ ਬਾਬੇ ਨੇ ਅੱਜ ਕੁਛ ਨਾ ਕੁਛ ਆਪਾਂ ਨੂੰ ਇੰਨੇ ਕੁ ਲੈਵਲ ਯੋਗਾ ਕਰਤਾ ਵੀ ਆਪਾਂ ਕਿਸੇ ਦੀ ਹੈਲਪ ਕਰ ਸਕੀਏ ਨਾ, ਸਾਰਿਆਂ ਨੂੰ ਸਾਰਿਆਂ ਦੀ ਸਪੋਰਟ ਕਰਨੀ ਚਾਹੀਦੀ ਹੈ। ਉੱਤੋਂ ਡਰਾਮੇ ਜੇ ਕਰੀ ਜਾਣੇ ਵੀ ਆਪਾਂ ਜੀ ਬਹੁਤ ਸਪੋਰਟ ਵਾ ਅੰਦਰੋਂ ਹਨਾ, ਧੂੰਆਂ ਜਿਹਾ ਮਰੀ ਜਾਣਾ ਜੀ ਸਾਰਾ ਲੰਘ ਗਿਆ ਅੱਗੇ ਹਨਾ, ਉਹ ਮਾੜੀ ਗੱਲ ਹੈ। ਜਾਂ ਤੁਸੀਂ ਨਿਰੀਖਣੀ ਸਪੋਰਟ ਹੀ ਕਰੋ ਜਾਂ ਫਿਰ ਤੁਸੀਂ ਆਹ ਕਿਹੜੇ ਖੜੀ ਜਾਣਾ, ਬਿਲਕੁਲ ਬਿਲਕੁਲ। ਗੋਟ ਉਹ ਯਾਰ ਬਈ ਉਹ ਵੀ ਹੈਗਾ ਗਾਣਾ ਸੱਚ, ਮੈਂ ਤਾਂ ਭੁੱਲੇ ਹੀ ਬੈਠਾ ਸੀ ਭਰਾ ਗਾਣੇ, ਉਹ ਵੀ ਕਰਨਾ ਜਾਣ ਦੇਖੀ ਚੱਲਿਓ ਤੁਸੀਂ ਯਾਰ ਭਾਜੀ ਇੱਕ ਵਾਰੀ ਬੋਲ ਦੋ ਬਰੂ ਦਾ ਰਿਲੀਜ਼ ਕਰ ਬਈ, ਸਾਰੇ ਗਾਣੇ ਨੇ ਜਿੰਨੇ ਵੀ ਲੀਕ ਹੋਏ ਸਾਰੇ ਰਿਲੀਜ਼ ਕਰਾਂਗੇ, ਕੋਈ ਮਸਲੇ ਵਾਲੀ ਗੱਲ ਨਹੀਂ, ਵਧੀਆ ਤਰੀਕੇ ਨਾਲ ਰਿਲੀਜ਼ ਕਰਾਂਗੇ, ਤਾਂ ਹੀ ਰੋਕੇ ਹੋਏ ਆ, ਕੋਈ ਚੱਕਰ ਵਾਲੀ ਗੱਲ ਨਹੀਂ। ਬਾਕੀ ਪ੍ਰੇਮ ਦਾ ਗਾਣਾ ਵੀ ਆ ਰਿਹਾ, ਜਲਦੀ ਕਰਦੇ ਆ, ਜਲਦੀ ਕਰਦੇ ਆ, ਤੇ ਬਾਕੀ ਇਹਦਾ ਹੁਣ ਸਾਰਾ ਉਹੀ ਗੱਲ ਆ ਵੀ ਟ੍ਰੇਲਰ ਹੀ ਆ, ਹੋਰ ਵੀ ਪ੍ਰੇਮ ਦੇ ਬਹੁਤ ਘੈਂਟ ਗਾਣੇ ਬਣੇ ਹੋਏ ਆ, ਤੇ ਅਸੀਂ ਐਲਬਮ ਦੀ ਵੀ ਤਿਆਰੀ ਕਰ ਰਹੇ ਹਾਂ ਤੇ ਪਾ ਦੇਵਾਂਗੇ, ਹੌਲੀ ਹੌਲੀ ਛੇਤੀ ਕਰਦੇ ਆ ਪ੍ਰੇਮੇ ਦੱਸ ਭਾਈ ਕਿਵੇਂ ਆ ਸਾਹਮਣੇ ਹੀ ਆ ਪੰਦਰਾਂ ਜਾਂ ਸਵੇਰ ਦਾ ਕੀ ਵਿਚਾਰ ਸ਼ਾਦੀ ਕਰੋ ਬੰਦੇ ਨੂੰ ਬੰਦਾ ਹੀ ਨੀ ਸੋਣਾ ਹੁਣ ਤਾਂ, ਕਣਕ ਕੁਣਕ ਵਾਢੀਆਂ ਵੱਡੀਆਂ ਮਸ਼ੀਨਾਂ ਮਸ਼ੀਨਾਂ ਹੀ ਨੀ ਮਿਲਦੀਆਂ, ਭੱਜੇ ਫਿਰਦੇ ਨਾ ਇੱਥੇ ਬਹਿ ਦਰਵਾਜ਼ੇ ਚ ਬਹਿ ਕੇ ਦੇਖੋ ਕਿ ਬਹਿ ਜਾਓ, ਇੱਧਰ ਤੂੜੀ ਵਾਲੀ ਟਰਾਲੀ ਇੱਧਰ ਵਗੀਆਂ ਉੱਧਰ ਵਗੀਆਂ, ਕੋਈ ਕਣਕ ਪਾਈ ਜਾਂਦਾ ਕੋਈ ਤੂੜੀ ਪਾਈ ਜਾਂਦਾ, ਬੰਦੇ ਵੇਲੇ ਬੈਠੇ ਟ੍ਰਾਂਸਪੋਰਟੀ ਜਾਂਦੇ ਸੀ, ਠੀਕ ਹੈ ਹੁਣ ਆਇਆ ਚੱਲ ਕਣਕਾਂ ਕੁਣਕਾਂ ਵੱਢਣਗੀਆਂ, ਉਹ ਤੋਂ ਬਾਅਦ ਲੋਕ ਰੌਣੀ ਰੋਣੀ ਕਰਨ ਲੱਗ ਜਾਣਗੇ ਫੇਰ ਟਾਈਮ ਪਾਸ, ਹੁਣ ਦਿਨ ਵਾਕੇ ਨਾਲੇ ਗਰਮੀ ਗੁਰਮੀ ਵੱਧ ਜਾਣੀ, ਹੁਣ ਗਰਮੀ ਜਾਣ ਫੁੱਲ ਵਧੀ ਹੋਈ ਆ, ਹੁਣ ਅੰਦਰੋਂ ਅੰਦਰ ਹੀ ਵੜਨਗੇ ਸਾਰੇ, ਸਾਰੇ ਬਾਈ ਪੁੱਛਣਾ ਬੁਰਾ ਹਾਲ, ਗਰਮੀ ਇੰਨੀ ਜ਼ਿਆਦਾ ਇੱਥੇ ਵੀ ਭਵਾਕੜ ਕੱਢੇ ਪਏ ਆ, ਬਾਕੀ ਬਾਈ ਤੁਹਾਨੂੰ ਸਾਰੇ ਲਵ ਯੂ ਮੇਰੇ ਵੰਨੀਓ, ਆਪਣੇ ਭਰਾ ਪ੍ਰੇਮ ਵੰਨੀਓ,
ਸਾਰੇ ਜਾਣੇ ਮੰਨੀ ਹੋ ਸਾਡੇ ਮੰਨੇ ਤੇ ਗਾਣੇ ਗੁਣੇ ਸਾਡੇ ਹੁਣ ਲਾਈਨ ਲਿਖੇ ਹੋਏ ਬਸ ਭਰਦੇ ਕੋਈ ਰੋਲੇ ਵਾਲੀ ਗੱਲ ਨੀ ਜਲਦੀ ਕਰਦੇ ਬੁਲਾਈਏ ਫਤਿਹ ਸ਼ਾਹ ਜੀ ਠੀਕ ਹੈ ਜੀ ਜਿਉਂਦੇ ਵਾਦੇ ਰਹੋ ਪ੍ਰੇਮ ਸ਼ਾਹ ਜੀ ਤੁਸੀਂ ਵੀ ਆਪਣਾ ਖਿਆਲ ਰੱਖਿਓ ਮਾਸਕ ਓਕੇ ਸ਼ਾਹ ਜੀ ਲਵ ਯੂ ਤੁਹਾਨੂੰ ਗੋਡ ਬਲੈਸ ਓਕੇ ਸਤਿ ਸ਼੍ਰੀ ਅਕਾਲ